मूसे वाला ला दे यार ਉਹ ਉਹਦਾ ਆਪਦਾ ਜਨਰ ਹੈ, ਉਹਦਾ ਇੱਕ ਆਪਣਾ ਜਨਰ ਹੈ, ਠੀਕ ਹੈ। ਉਸ ਪਰਮਾਤਮਾ ਦੀ ਖੇਡ ਸੀ ਉਹ ਮੁੰਡਾ, ਉਹਦੇ ਘਰਦਿਆਂ ਥੋੜਾ ਜੀ ਕਰਦਾ ਹੀ ਚਲਾ ਜਾਵੇ, ਉਹਦੇ ਸਾਹ ਪੂਰੇ ਹੋਏ ਮੁੰਡੇ ਦੇ, ਜਿੰਨੀ ਮਹਾਰਾਜ ਨੇ ਬਖਸ਼ੀ ਸੀ ਉਨੀ ਮਿਲੀ, ਬਹਾਨਾ ਕੋਈ ਵੀ ਬਣਿਆ ਉਹ ਚਲਿਆ ਗਿਆ। ਪਰ ਹੁਣ ਜੇ ਤੂੰ ਆਖੇ ਵੀ ਉਹਦਾ ਗੀਤ ਮੇਰੇ ਵਾਲੇ ਸੁਣ ਲਾ, ਉਹ ਯਾਰ ਉਹ ਇੱਕ ਵੱਡਾ ਕਲਾਕਾਰ ਸੀ, ਮੈਂ ਮੰਨਦਾ ਇਸ ਗੱਲ ਨੂੰ, ਬਹੁਤ ਸਿਆਣਾ ਮੁੰਡਾ ਸੀ ਉਹ, ਪਰ ਹੁਣ ਉਹ ਚਲਾ ਗਿਆ ਬਾਬਾ। ਉਹਦੇ ਗੀਤ ਤੂੰ ਕਾਰ 'ਚ ਬੈਠ ਕੇ ਸੁਣ ਸਕਦਾ, ਘਰੇ ਟੀਵੀ ਚਲਾ ਕੇ ਸੁਣ ਲਾ, ਹੈੱਡਫੋਨ ਚਲਾ ਲਾ। ਸੋ ਇੱਕ ਵਿਧ ਹੁੰਦੀ ਹੈ ਬਾਬੇ ਪ੍ਰੋਗਰਾਮ ਦੀ, ਕਈ ਥਾਵਾਂ 'ਤੇ ਮੁੰਡੇ ਨਾ ਫਿਰ ਇੱਕੋ ਹੀ ਰੱਟ ਲਾਈ ਰੱਖਦੇ ਆ। ਉਹਦੇ ਮਾਂ ਬਾਪ ਲਈ ਅਰਦਾਸ ਕਰੋ ਜਿਹੜਾ ਕੰਮ ਕਰਨ ਵਾਲਾ, ਗੀਤਾਂ ਨਾਲ ਨਹੀਂ ਕੁਛ ਹੋਣਾ। ਵੀ ਮੂਸੇ ਵਾਲੇ ਦਾ ਲਾ ਦੇ ਅਤੇ ਲਲਕਣਾ ਮਾਰਤਾ ਪਿੱਛੇ, ਕਿਸੇ ਦਾ ਜਵਾਨ ਪੁੱਤ ਮਰਿਆ ਅਤੇ ਇਕੱਠਾਂ 'ਚ ਅਸੀਂ ਕਰ ਕਰਕੇ ਵੀ ਉਹਦਾ ਲਾ ਦੇ ਉਹਦਾ ਲਾ ਦੇ, ਜਦੋਂ ਕੋਈ ਗੀਤ ਲਾਉਂਦਾ ਫਿਰ ਅਸੀਂ ਕੂਕਾਂ ਮਾਰਦੇ ਹਾਂ, ਕੀ ਗੱਲ, ਮੁੰਡਾ ਜੰਮਿਆ ਕਿ ਮਰਿਆ, ਅੱਗ ਲੱਗੀ ਪਈ ਆ ਯਾਰ ਉਹਨਾਂ ਦੇ ਘਰੇ। ਮਾਂ ਬਾਪ ਟਾਈਮ ਤੋਂ ਪਹਿਲਾਂ ਬਜ਼ੁਰਗ ਹੋ ਗਏ, ਉਹ ਇੱਕ ਸਾਲ ਹੋਇਆ ਉਹ ਮੁੰਡੇ ਨੂੰ ਗਏ ਨੂੰ, ਤਾਂ ਸੋਚਣ ਵਾਲੀਆਂ ਤਾਂ ਆਹ ਗੱਲਾਂ ਬਾਬਿਓ। ਜੇ ਤੁਸੀਂ ਕਿਸੇ ਕਲਾਕਾਰ ਨੂੰ ਕਹੋਗੇ ਵੀ ਉਹਦਾ ਗੀਤ ਲਾ ਦੇ, ਲਾਉਣ ਨੂੰ ਲਾ ਦੂੰਗਾ, ਕੀ ਹੋ ਜੂਗਾ ਗੀਤ ਲਾਉਣ ਨਾਲ। ਅਸਲ ਇਹ ਹੁੰਦੀ ਹੈ ਕਿ ਜਿਸ ਮਿੱਟੀ ਦੇ ਜਾਏ ਹਾਂ ਆਪਾਂ, ਉਹਨਾਂ ਦੇ ਘਰੇ ਇਸ ਵੇਲੇ ਦਰਦ ਹੈ, ਕੋਈ ਹਿਸਾਬ ਨਹੀਂ, ਇੰਨਾ ਦਰਦ ਹੈ। ਕੋਈ ਤੜਕੇ ਉੱਠ ਕੇ ਜਾਏ ਇਸ ਮੇਲੇ 'ਚ ਹੀ, ਮੈਨੂੰ ਕਹਿੰਦੇ ਵੀ ਬਾਈ, ਹਾਂ ਗੱਲ ਜਿਹੜੀ ਕਰਨ ਵਾਲੀ ਵੀ ਬਾਈ ਯਾਰ ਉਹ ਮੂਸੇ ਵਾਲੇ ਮੁੰਡੇ ਵਾਸਤੇ, ਉਹਦੇ ਪਰਿਵਾਰ ਵਾਸਤੇ ਅਰਦਾਸ ਕਰੀਏ ਆਪਾਂ ਸਾਰੇ, ਦੋ ਮਿੰਟ ਲਈ ਸਾਰਿਆਂ ਨੂੰ ਕਹਿ ਵੀ ਆਪਾਂ ਚੁੱਪ ਰਹੀਏ ਅਤੇ ਸੱਚੇ ਪਾਤਸ਼ਾਹ ਨੂੰ ਕਹੀਏ ਕਿ ਉਹਨੂੰ ਆਪਦੇ ਚਰਨਾਂ 'ਚ ਜਗ੍ਹਾ ਦਈ ਅਤੇ ਮਾਂ ਪਿਓ ਨੂੰ ਪਿੱਛੇ ਭਾਣਾ ਮੰਨਣ ਦਾ ਬਲ ਬਖਸ਼ੀ। ਆਹ ਗੱਲਾਂ ਕਰਦੇ ਤਾਂ ਆਪਾਂ ਚੰਗੇ ਲੱਗਦੇ ਹਾਂ। ਹੁਣ ਉਹਦਾ ਗੀਤ ਲਵਾ ਕੇ ਪਿੱਛੇ ਲਲਕਰਾ ਮਾਰਨਾ ਯਾਰ, ਇਹ ਕੋਈ ਜ਼ਮੀਰ ਵਾਲੀ ਗੱਲ ਹੈ? ਹੁਣ ਨਹੀਂ ਨਹੀਂ ਕੋਈ, ਮੈਂ ਨਾਰਾਜ਼ਗੀ ਨਾਲ ਨਹੀਂ ਕਹਿ ਰਿਹਾ, ਇਹ ਰੋਜ਼ ਕਿਤੇ ਨਾ ਗੱਲਾਂ ਵਾਪਰਦੀਆਂ। ਤਾਂ ਯਾਰ ਮਾਂ ਪਿਓ ਲਈ ਕੋਈ ਸੁਨੇਹਾ ਭੇਜੋ, ਉਹਨਾਂ ਲਈ ਕੋਈ ਸੁਨੇਹਾ ਭੇਜੋ ਕਿ ਮਹਾਰਾਜ ਮੈਂ ਜਿਸ ਦਿਨ ਗਿਆ ਸੀ ਤਾਂ ਮੈਂ ਕੋਈ ਫੋਟੋਆਂ ਨਹੀਂ ਪਾਈਆਂ ਵੀ ਮੈਂ ਜਾ ਕੇ ਆਇਆ, ਮੈਂ ਉਦੋਂ ਅਮਰੀਕਾ ਸੀ ਜਦੋਂ ਇਹ ਭਾਣਾ ਹੋਇਆ, ਤਾਂ ਮੇਰੇ ਖਿਆਲ 'ਚ ਮੈਂ 14-15 ਤਰੀਕ ਨੂੰ ਆਇਆ ਸੀ ਅਤੇ 17 ਤਰੀਕ ਨੂੰ ਮੈਂ ਘਰੇ ਗਿਆ ਉਹਨਾਂ ਦੇ। ਅੱਜ ਪਹਿਲੀ ਵਾਰੀ ਬੋਲ ਰਿਹਾ ਮੇਰੇ ਖਿਆਲ 'ਚ ਮੈਂ, ਕਿਉਂਕਿ ਮੈਨੂੰ ਚਾਹ ਨਹੀਂ ਘਰੇ ਜਾ ਕੇ ਲਾਈਵ ਹੋਣ ਦਾ ਵੀ ਮੈਂ ਦੁੱਖ ਪ੍ਰਗਟ ਕਰਨਾ ਹੈ। ਦੁੱਖ ਤਾਂ ਪਤਾ ਹੀ ਹੈ ਕਿਹਨੂੰ ਹੈ, ਜਿਹੜਾ ਰੋਜ਼ ਇੱਥੇ ਕਮੈਂਟ ਪੜ੍ਹਦਾ ਉਹਨੂੰ ਦੁੱਖ ਥੋੜ੍ਹਾ ਹੀ ਹੈ। ਦੁੱਖ ਤਾਂ ਉਹ ਹੈ ਜਿਹਦੀਆਂ ਆਂਦਰਾਂ ਸੀ, ਉਹ ਦੁੱਖ ਤਾਂ ਉਹਨੂੰ ਹੈ। ਬਾਬਾ ਕਹਿੰਦਾ ਜਬ ਤੱਕ ਜੀਏ ਮਾਤਾ ਰੋਏ, ਜੇ ਕਿਸੇ ਦਾ ਜਾਂਦਾ ਨਾ, ਜਬ ਤੱਕ ਜੀਏ ਮਾਤਾ ਰੋਏ ਬਹਿਣ ਰੋਏ ਦਸ ਮਾਸਾ ਰੇ, 13 ਦਿਨ ਤੱਕ ਪਿਰੀਆ ਰੋਏ ਫੇਰ ਕਰੇ ਘਰ ਵਾਸਾ ਰੇ। ਬਾਬੇ ਤਾਂ ਇੱਦਾਂ ਚਪੇੜਾ ਮਾਰਦੇ ਆ ਇੱਥੇ ਬਾਬਾ, ਦਰਦ ਦੁਰਦ ਉਸੇ ਨੂੰ ਹੀ ਹੈ ਜਿਹਦਾ ਗਿਆ, ਔਰ ਉਹ ਰੋਜ਼ ਮਰ ਰਹੀ ਹੈ, ਜਦੋਂ ਤੱਕ ਆਪ ਨਹੀਂ ਮਰਦੀ ਉਦੋਂ ਤੱਕ ਰੋਜ਼ ਮਰੂ, ਇਹ ਆ ਮਾਂ, ਇਹਨੂੰ ਤਾਂ ਦਰਦ ਕਹਿੰਦੇ ਆ। ਚਾਰ ਗੀਤ ਗਾ ਕੇ ਐਵੇਂ ਲਲਕਰਾ ਜਿਹਾ ਮਾਰ ਦੇਣਾ ਤੇ ਚੱਕ ਦੇਣਾ, ਉਹ ਕੰਮ ਭਰਾਵਾ ਮੈਨੂੰ ਨਹੀਂ ਆਉਂਦੇ। ਉਹ ਗਿਆ ਸੀ ਤਾਂ ਮੈਂ ਉਸ ਦਿਨ ਵੀ ਮਾਤਾ ਨੂੰ ਬਿਠਾ ਕੇ ਇੱਕ ਹੀ ਗੱਲ ਕਰਕੇ ਆਇਆ ਸੀ, ਮੈਂ ਮਾਤਾ ਜਾਣ ਵਾਲਾ ਗਿਆ, ਸਾਹ ਪੂਰੇ ਹੋਏ ਉਹਦੇ, ਇਹ ਗੱਲ ਤੂੰ ਵੀ ਮੰਨਦੀ ਹੈ ਨਾ? ਕਹਿੰਦੀ ਹਾਂ ਪੁੱਤ ਮੰਨਦੀ ਹਾਂ। ਮੈਂ ਕਿਹਾ ਜਾਣ ਵਾਲਾ ਗਿਆ, ਕੋਈ ਲੱਗਦਾ ਵੀ ਉਹ ਪਰਮਾਤਮਾ ਦੇ ਘਰੇ ਵੀ ਕੋਈ ਕਿਸੇ ਨੂੰ ਵੇਲੇ ਤੋਂ ਪਹਿਲਾਂ ਲੈ ਜੂਗਾ? ਨਹੀਂ, ਉਹ ਬਾਬਾ ਉਹ ਨਿਰੰਕਾਰ ਹੈ, ਖਸਮ ਹੈ ਸਾਰੀ ਦੁਨੀਆ ਦਾ, ਉਹ ਤਾਂ ਗਲਤੀ ਦੀ ਗੁਜਾਇਸ਼ ਨਹੀਂ ਹੈ। ਸਾਡੇ ਸਭ ਦੇ ਘਰਾਂ 'ਚੋਂ ਕੋਈ ਨਾ ਕੋਈ ਗਿਆ, ਕੀ ਗੱਲ ਰੱਬ ਨੂੰ ਲਾਂਭੇ ਦਈਏ? ਉਹ ਜਿਹਦੇ ਸਾਹ ਪੂਰੇ ਹੋ ਗਏ ਬਾਬਾ ਜਾਣਾ ਜਾਣਾ। ਉਸ ਦਿਨ ਮਾਤਾ ਨਾਲ ਵੀ ਇਹੀ ਗੱਲ ਸੀ, ਮਾਤਾ ਇੱਥੇ ਘਰੇ ਬਹੁਤ ਆਉਣਗੇ, ਤੇਰੇ ਮੁੰਡੇ ਦੇ ਟਰੈਕਟਰਾਂ ਨਾਲ ਵੀ ਫੋਟੋਆਂ ਖਿਚਾਉਣਗੇ, ਉਹਦੇ ਕੁੱਤਿਆਂ ਨਾਲ ਵੀ ਫੋਟੋਆਂ ਖਿਚਾਉਣਗੇ, ਤੁਹਾਡੀ ਹਵੇਲੀ ਨਾਲ ਵੀ ਫੋਟੋਆਂ ਖਿਚਾਉਣਗੇ, ਫੇਸਬੁੱਕਾਂ 'ਤੇ ਵੀ ਪਾਉਣਗੇ, ਪਰ ਇੱਕੋ ਹੀ ਸਹਾਰਾ ਤੇਰਾ, ਤੜਕੇ ਉੱਠ ਕੇ ਜਪਜੀ ਸਾਹਿਬ ਸ਼ੁਰੂ ਕਰ ਲਿਆ ਕਰ, ਤੜਕੇ ਉੱਠ ਕੇ ਬਾਈ। ਇੱਕੋ ਹੀ ਸਹਾਰਾ ਜਿਹੜਾ ਮਨ ਨੂੰ ਚੈਨ ਦੇ ਸਕਦਾ, ਕਿਉਂ ਭਾਵੇਂ ਬਾਈ ਇਹ ਤਾਂ ਸੁੱਖਾਂ ਦੇ ਸੰਗੀ ਆ ਸਾਰੇ, ਦੁੱਖਾਂ ਵੇਲੇ ਤਾਂ ਬਾਬਾ ਉਹੀ ਆ ਜਿਹੜਾ ਨਾਲ ਖੜਾ। ਸੋ ਇਸ ਕਰਕੇ ਮੇਰੇ ਭਰਾ ਅਰਦਾਸ ਕਰਦੇ ਆਪਾਂ ਇਸ ਸਟੇਜ ਤੋਂ, ਉਹ ਸੋਹਣਿਆ ਨੌਜਵਾਨਾਂ, ਉਹ ਨੌਜਵਾਨਾਂ ਅਰਦਾਸ ਕਰਦੇ ਹਾਂ ਕਿ ਮਹਾਰਾਜ ਉਹਦੇ ਮਾਂ ਬਾਪ ਨੂੰ ਬਾਣੀ ਬਖਸ਼ੇ, ਦਿਨ ਰਾਤ ਬੰਦਗੀ ਕਰਦਿਆਂ ਦੀ ਲੰਘ ਜੇ। ਆਹ ਗੱਲ ਹੈ ਕਹਿਣ ਵਾਲੀ।